ਚੰਗੇਜ਼ ਖਾਨ ਦਾ ਨਾਮ ਜਦੋਂ ਵੀ ਸਾਹਮਣੇ ਆਉਂਦਾ ਤਾਂ ਇੱਕ ਟੈਗ ਉਹਦੇ ਤੇ ਜ਼ਰੂਰ ਲੱਗਾ ਹੁੰਦਾ ਉਹ ਹੈ ਬਹਿਰਹਿਮ ਸ਼ਾਸਕ ਉਹ ਸ਼ਾਸਕ ਜਿਨੇ ਆਪਣਾ ਸਾਮਰਾਜ ਵਧਾਉਣ ਦੇ ਲਈ ਕਰੋੜਾਂ ਲੋਕਾਂ ਦਾ ਕਤਲ ਕਰ ਦਿੱਤਾ ਅੰਗਰੇਜ਼ਾਂ ਦੇ ਸਾਮਰਾਜ ਤੋਂ ਬਾਅਦ ਜੇਕਰ ਕਿਸੇ ਦਾ ਸਾਮਰਾਜ ਦੁਨੀਆ ਦੇ ਵਿੱਚ ਸਭ ਤੋਂ ਵੱਧ ਫੈਲਿਆ ਹੋਇਆ ਸੀ ਤਾਂ ਉਹ ਚੰਗੇਜ਼ ਖਾਨ ਦਾ ਸਾਮਰਾਜ ਸੀ ਇੱਕ ਪਾਸੇ ਤਾਂ ਲੋਕੀ ਉਹਨੂੰ ਕਹਿੰਦੇ ਕਿ ਬੜਾ ਬਹਿਰਹਿਮ ਸ਼ਾਸਕ ਸੀ ਕਰੋੜਾਂ ਲੋਕੀ ਜਿਹੜੇ ਉਹਨੇ ਮਾਰ ਦਿੱਤੇ ਔਰ ਦੂਸਰੇ ਪਾਸੇ ਜਿਹੜੇ ਇਕੋਲੋਜਿਸਟ ਆ ਜਿਹੜੇ এনवायरमेंट ਦੇ ਉੱਪਰ ਰਿਸਰਚ ਕਰਦੇ ਆ ਜਾਂ ਵਾਤਾਵਰਣ ਦੇ ਵਿਗਿਆਨੀ ਉਹ ਕਹਿੰਦੇ ਆ ਕਿ ਇਹ ਕੁਦਰਤ ਦਾ ਬੀਬਾ ਪੁੱਤ ਸੀ ਇਹਨੂੰ ਦਾ ਗ੍ਰੀਨ ਇਨਵੇਡਰ ਦਾ ਟੈਗ ਵੀ ਦਿੰਦੇ ਆ ਜਿਹੜੀ ਇਕੋਲੋਜਿਸਟ ਆ ਹੁਣ ਜਿਹੜਾ ਕਾਰਨੇਜ ਇੰਸਟੀਚਿਊਟ ਦਾ ਡਿਪਾਰਟਮੈਂਟ ਆਫ ਸਾਇੰਸ ਆ ਉਹਨੇ ਇੱਕ ਸਟੱਡੀ ਕੀਤੀ ਉਹਦੇ ਵਿੱਚ ਉਹਨੇ ਲਿਖਿਆ ਕਿ ਚੰਗੇਜ਼ ਖਾਨ ਦੇ ਕਰਕੇ ਧਰਤੀ ਜਿਹੜੀ ਸੀ ਠੰਡੀ ਹੋ ਗਈ ਸੀ ਭਾਵ ਕਿ ਜਿਹੜਾ ਧਰਤੀ ਦਾ ਟੈਂਪਰੇਚਰ ਸੀ ਉਹ ਡਾਊਨ ਹੋ ਗਿਆ ਹੁਣ ਇਹ ਕਿੱਦਾਂ ਹੋਇਆ ਅੱਜ ਦੀ ਵੀਡੀਓ 'ਚ ਇਹ ਗੱਲਬਾਤ ਕਰਦੇ ਆ ਮੰਗੋਲ ਜਿਹੜੇ ਸੀ ਇਹ 12ਵੀਂ ਸਦੀ ਦੇ ਅੰਤ ਤੱਕ ਇੱਕ ਖਾਨਾਬਦੋਸ਼ ਕਬੀਲਾ ਸੀ ਇਹ ਚੀਨ ਦੇ ਉੱਤਰੀ ਭਾਗ ਦੇ ਆਲੇ-ਦੁਆਲੇ ਜਿਹੜੇ ਸੀ ਤੁਰੇ-ਫਿਰਦੇ ਸੀ ਹੁਣ 13ਵੀਂ ਸਦੀ ਦੇ ਵਿੱਚ ਇਹ ਮੰਗੋਲ ਇੱਕ ਰਾਸ਼ਟਰ ਵਜੋਂ ਉੱਭਰ ਕੇ ਆਇਆ ਇਹਦੀ ਯੂਨਿਟੀ ਸੀ ਇਹਨਾਂ ਨੇ ਇਕੱਠੇ ਹੋ ਕੇ ਹਮਲੇ ਕਰਨੇ ਸ਼ੁਰੂ ਕੀਤੇ ਤੇ ਇਹਨਾਂ ਦਾ ਜਿਹੜਾ ਸ਼ਾਸਕ ਸੀ ਉਹ ਬਣਿਆ ਚੰਗੇਜ਼ ਖਾਨ ਚੰਗੇਜ਼ ਖਾਨ ਜਦੋਂ 13ਵੀਂ ਸਦੀ ਦੇ ਵਿੱਚ ਸੰਸਾਰ ਨੂੰ ਜਿੱਤਣ ਦੇ ਲਈ ਬਾਹਰ ਨਿਕਲਿਆ ਤਾਂ ਇਹਨੇ ਏਸ਼ੀਆ, ਮਿਡਲ ਈਸਟ, ਰੂਸ ਮਿਡਲ ਆਫ ਯੂਰਪ ਉਹ ਦੂਸਰੇ ਪਾਸੇ ਪ੍ਰਸ਼ਾਂਤ ਮਹਾਸਾਗਰ ਬੈਲਟਿਕ ਸਾਗਰ ਜਿਹੜਾ ਸੀ ਜਿੱਥੋਂ ਤੱਕ ਜਿੰਨੀ ਜ਼ਮੀਨ ਫੈਲੀ ਸੀ ਨਾ ਉਹਦੇ ਉੱਤੇ ਹਮਲੇ ਕੀਤੇ ਢਾੜਵੀ ਬਣ ਕੇ ਇਹ ਜ਼ਮੀਨ ਧਰਤੀ ਦੀ ਸਤਾ ਦਾ 22% ਹਿੱਸਾ ਬਣਦੀ ਆ ਭਾਵ ਕਿ 22% ਹਿੱਸੇ ਉੱਤੇ ਇਸ ਨੇ ਆਪਣਾ ਸਾਮਰਾਜ ਕਾਇਮ ਕੀਤਾ ਹੁਣ ਯਕੀਨਨ ਆ ਕਿ ਜੇ ਇੰਨੀ ਜਗ੍ਹਾ ਦੇ ਉੱਪਰ ਹਮਲਾ ਕਰੇਗਾ ਤਾਂ ਲੋਕ ਤਾਂ ਮਰਨਗੇ ਕਿਉਂਕਿ ਜਦੋਂ ਢਾੜਵੀ ਆਉਂਦੇ ਆ ਫਿਰ ਉਹ ਵੇਖਦੇ ਤਾਂ ਹੈ ਨਹੀਂ ਉਨ੍ਹਾਂ ਦਾ ਮੇਨ ਜਿਹੜਾ ਹੁੰਦਾ ਆ ਕਿ ਸਾਮਰਾਜ ਵਧਾਉਣਾ ਆ ਉੱਥੋਂ ਦੇ ਲੋਕਾਂ ਨੂੰ ਕਤਲ ਕਰਨਾ ਆ ਕਹਿੰਦੇ ਕਿ 4 ਕਰੋੜ ਲੋਕੀ ਜਿਹੜੇ ਸੀ ਇਹਨੇ ਕਤਲ ਕੀਤੇ ਇਹ ਉਸ ਸਮੇਂ ਦੀ ਆਬਾਦੀ ਦਾ 10% ਹਿੱਸਾ ਬਣਦਾ ਸੀ ਕਹਿੰਦੇ ਜਿੰਨੀ ਮੌਤ ਦਰ ਵਰਲਡ ਵਾਰ 1 ਤੇ ਵਰਲਡ ਵਾਰ 2 ਚ ਸੀ ਨਾ ਇਹ ਚੰਗੇਜ਼ ਖਾਨ ਦੇ ਸਮੇਂ ਚ ਇਹ ਮੌਤ ਦਰ ਇਹਨਾਂ ਦੋਨਾਂ ਵਿਸ਼ਵ ਜੁੱਦਾਂ ਦੇ ਨਾਲੋਂ 4 ਗੁਣਾ ਜ਼ਿਆਦਾ ਸੀ ਇੰਨੇ ਬੰਦਿਆਂ ਦੀ ਮੌਤ ਨੇ ਕੁਦਰਤ ਤੇ ਕੀ ਅਸਰ ਪਾਇਆ ਕੁਦਰਤ ਨੂੰ ਟਾਈਮ ਮਿਲ ਗਿਆ ਆਪਣੇ ਆਪ ਨੂੰ रिकवर ਕਰਨ ਦਾ ਹੀਲ ਕਰਨ ਦਾ ਜਿੱਦਾਂ ਕਰੋਨਾ ਦੇ ਸਮੇਂ ਦੇ ਵਿੱਚ ਹੋਇਆ ਸੀ ਜਦੋਂ ਕੋਈ ਵੀ ਬਾਹਰ ਨਹੀਂ ਸੀ ਕੁਦਰਤ ਆਪਣੇ ਆਪ ਦੇ ਵਿੱਚ ਹੀਲ ਹੋਣੀ ਸ਼ੁਰੂ ਹੋ ਗਈ ਸੀ ਤੁਸੀਂ ਵੇਖਿਆ ਜੀ ਕਿਵੇਂ ਉਹ ਦੂਰ ਦੂਰ ਤੱਕ ਪਹਾੜ ਲੱਭਣੇ ਸ਼ੁਰੂ ਹੋ ਗਏ ਅਸਮਾਨ ਬਿਲਕੁਲ ਹੀ ਸਾਫ਼ ਹੋ ਗਿਆ ਇਸ ਤਰ੍ਹਾਂ ਜਿਹੜਾ ਸੀ ਕੁਦਰਤ ਨੂੰ ਆਪਣੇ ਆਪ ਨੂੰ ਸਮਾਂ ਮਿਲ ਗਿਆ ਰਿਕਵਰ ਕਰਨ ਦਾ ਹੀਲ ਕਰਨ ਦਾ ਜਿਨ੍ਹਾਂ ਨੇ ਰਿਸਰਚ ਕੀਤੀ ਉਹ ਕਹਿੰਦੇ ਆ ਕਿ ਹੈਰਾਨੀ ਦੀ ਗੱਲ ਹੈ ਕਿ ਇੱਕ ਆਦਮੀ ਨੇ ਉਸ ਸਮੇਂ ਕਾਰਬਨ ਨੂੰ ਕਾਫੀ ਮਾਤਰਾ ਦੇ ਵਿੱਚ ਘਟਾ ਦਿੱਤਾ ਸੀ ਜਦੋਂ ਚੰਗੇਜ਼ ਖਾਨ ਦੀਆਂ ਫੌਜਾਂ ਜਦੋਂ ਹਮਲਾ ਕਰਦੀਆਂ ਸੀ ਤਾਂ ਜਿਹੜੇ ਉੱਥੋਂ ਦੇ ਲੋਕੀ ਸੀ ਉਹ ਮਾਰੇ ਜਾਂਦੇ ਸੀ ਜੋ ਉਹਨਾਂ ਦੇ ਵਿੱਚ ਉਹ ਵੀ ਲੋਕੀ ਸੀ ਜਿਹੜੇ ਖੇਤੀਬਾੜੀ ਕਰਦੇ ਸੀ ਜਾਂ ਜ਼ਮੀਨਾਂ ਨੂੰ ਖੇਤੀਜੋਗ ਬਣਾਉਣ ਦੇ ਲਈ ਜੰਗਲ ਵਾੜਦੇ ਸੀ ਹੁਣ ਜਦੋਂ ਉਹ ਬੰਦੇ ਹੀ ਮਰ ਗਏ ਕਿਉਂਕਿ ਪੂਰੇ ਦਾ ਪੂਰਾ ਸਾਮਰਾਜ ਜਿਹੜਾ ਸੀ ਉਹ ਮਿੱਟੀ ਦੇ ਵਿੱਚ ਮਿਲਾ ਦਿੱਤਾ ਗਿਆ ਕਈ ਥਾਵਾਂ ਦੇ ਉੱਤੇ ਉੱਥੇ ਹੁਣ ਬੰਦਾ ਕੋਈ ਨਹੀਂ ਰਿਹਾ ਨਾ ਖੇਤੀਕਾਰ ਉਹਨਾਂ ਜੰਗਲ ਵਧਣ ਤਾਂ ਉੱਥੇ ਹੌਲੀ-ਹੌਲੀ ਜਿਹੜਾ ਸੀ ਜੰਗਲ ਦੁਬਾਰਾ ਤੋਂ ਬਹਾਨੇ ਸ਼ੁਰੂ ਹੋਗੇ ਆਪਣੇ ਆਪ ਦੇ ਵਿੱਚ ਜੰਗਲ ਜਿਹੜਾ ਸੀ ਉਗਣ ਲੱਗ ਪਿਆ ਬਨਸਪਤੀ ਉਗਣ ਲੱਗ ਪਈ ਜਿਹੜੀਆਂ ਰਿਪੋਰਟਾਂ ਦੇ ਵਿੱਚ ਇਹ ਜ਼ਿਕਰ ਕੀਤਾ ਕਿ 700 ਮਿਲੀਅਨ ਟਨ ਜਿਹੜੀ ਕਾਰਬਨ ਸੀ ਉਹ ਵਾਤਾਵਰਨ ਦੇ ਵਿੱਚੋਂ ਖਤਮ ਹੋ ਗਈ ਇਹ ਮਿਲੀਅਨ ਦੇ ਪਿੱਛੇ 0.1% ਹਿਸਾਬ ਬਣਦਾ ਅੱਜ ਦੇ ਸਮੇਂ ਦੇ ਵਿੱਚ ਜਿੰਨੀ ਕਾਰਬਨ ਇੱਕ ਸਾਲ ਦੇ ਵਿੱਚ ਫੋਸਿਲ ਫਿਊਲ ਜਿਹੜਾ ਕੋਲਾ ਹੋ ਗਿਆ ਪੈਟਰੋਲ ਹੋ ਗਿਆ ਇਹਨਾਂ ਤੋਂ ਪੈਦਾ ਹੁੰਦੀ ਹੈ ਤੇ ਵਾਤਾਵਰਨ ਦੇ ਵਿੱਚ ਜਾਂਦੀ ਹੈ 19 ਕਾਰਬਨ ਜਿਹੜੀ ਸੀ ਉਸ ਸਮੇਂ ਦੇ ਵਿੱਚ ਉਹ ਖਤਮ ਹੋ ਗਈ ਵਾਤਾਵਰਨ ਦੇ ਵਿੱਚੋਂ ਹੁਣ ਜੰਗਲ ਉੱਗਣੇ ਸ਼ੁਰੂ ਹੋਗੇ ਤਾਂ ਯਕੀਨਨ ਸੀ ਜਿਹੜਾ ਧਰਤੀ ਦਾ ਟੈਂਪਰੇਚਰ ਸੀ ਉਹ ਘਟਣਾ ਸ਼ੁਰੂ ਹੋ ਗਿਆ ਸਟੱਡੀ ਇਹ ਕਹਿੰਦੀ ਹੈ ਕਿ ਇਹ ਵੀ ਮਿਥ ਬਣੀ ਹੈ ਕਿ ਉਦਯੋਗਿਕ ਯੁੱਗ ਦੇ ਨਾਲ ਜਿਹੜਾ ਸੀ ਨਾ ਇਕੋਸਿਸਟਮ ਖਰਾਬ ਹੋਣਾ ਸ਼ੁਰੂ ਹੋਇਆ ਕਿ ਜਦੋਂ ਕਾਰਖਾਨੇ ਲੱਗ ਗਏ ਤੇ ਫੋਸਿਲ ਫਿਊਲ ਦੀ ਵਰਤੋਂ ਹੋਣੀ ਸ਼ੁਰੂ ਹੋ ਗਈ ਪਰ ਕਹਿੰਦੇ ਨਹੀਂ ਇਹ ਉਸ ਸਮੇ ਤੋਂ ਹੀ ਇਕੋਸਿਸਟਮ ਦੇ ਉੱਤੇ ਪ੍ਰਭਾਵ ਪਾਣੇ ਸ਼ੁਰੂ ਹੋ ਗਏ ਸੀ ਜਦੋਂ ਇਹਨਾਂ ਨੇ ਖੇਤੀਬਾੜੀ ਯੋਗ ਜ਼ਮੀਨਾਂ ਦੇ ਲਈ ਆਪਣੇ ਜੰਗਲ ਕੱਟਨੇ ਸ਼ੁਰੂ ਕਰ ਦਿੱਤੇ ਜਿਸ ਜਗ੍ਹਾ ਦੇ ਉੱਪਰੋਂ 4 ਕਰੋੜ ਲੋਕੀ ਜਿਹੜੇ ਆ ਬਿਲਕੁਲ ਹੀ ਖਤਮ ਹੋ ਜਾਣਗੇ ਉੱਥੇ ਜ਼ਮੀਨਾਂ ਨੂੰ ਵਾਣ ਦੇ ਲਈ ਕੋਈ ਨਹੀਂ ਹੋਏਗਾ ਤਾਂ ਯਕੀਨਨ ਉੱਥੇ ਬਨਸਪਤੀ ਦਾ ਜੰਗਲ ਉੱਗਣੇ ਸ਼ੁਰੂ ਹੋ ਜਾਣਗੇ ਜਦੋਂ ਜੰਗਲ ਜਿਹੜੇ ਸੀ ਉੱਗਣੇ ਸ਼ੁਰੂ ਹੋ ਗਏ ਤਾਂ ਫਿਰ ਉਹਨਾਂ ਨੇ ਜਿਹੜੀ ਕਾਰਬਨ ਡਾਈਆਕਸਾਈਡ ਸੀ ਉਹ ਉਹਨਾਂ ਨੇ ਐਬਜ਼ਾਰਬ ਕਰਨੀ ਸ਼ੁਰੂ ਕਰ ਲਈ ਤਾਂ ਧਰਤੀ ਦਾ ਟੈਂਪਰੇਚਰ ਜਿਹੜਾ ਸੀ ਉਹ ਡਾਊਨ ਹੋਣਾ ਸ਼ੁਰੂ ਹੋ ਗਿਆ ਇਸ ਕਰਕੇ ਇਹਨੂੰ ਜਿਹੜੇ ਰਿਸਰਚਰ ਆ ਉਹ ਵੀ ਕਹਿੰਦੇ ਆ ਕਿ ਇਹ ਅਨਇਨਟੈਂਸ਼ਲੀ ਏਜੰਸੀ ਨੇਚਰ ਦਾ ਸਿੱਧੇ ਸਿੱਧੇ ਸ਼ਬਦਾਂ ਚ ਕਹਿ ਲੋ ਕਿ ਕੁਦਰਤ ਦਾ ਇੱਕ ਬੀਬਾ ਪੁੱਤ ਸੀ ਭਾਵੇਂ ਤਰੀਕਾ ਇਹਦਾ ਬਹੁਤ ਮਾੜਾ ਸੀ ਕਿਉਂਕਿ ਇੰਨੇ ਲੋਕੀ 4 ਕਰੋੜ ਲੋਕਾਂ ਨੂੰ ਮਾਰ ਦਿੱਤਾ ਇਹਨੇ ਸਟੱਡੀ ਇਥੋਂ ਤੱਕ ਵੀ ਕਹਿੰਦੀ ਹੈ ਕਿ ਪੂਰੇ ਦਾ ਪੂਰਾ ਸ਼ਰੇਹ ਜਿਹੜਾ ਨਾ ਉਹ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਭਾਵੇਂ ਇਹਦਾ ਯੋਗਦਾਨ ਥੋੜਾ ਸੀ ਪਰ ਕਹਿੰਦੇ ਕਿ ਇਹਦਾ ਜਿਹੜਾ ਯੋਗਦਾਨ ਸੀ ਉਹ ਜੇ ਸਟੱਡੀ ਕੀਤੀ ਜਾਵੇ ਤਾਂ ਉਹ ਨੋਟਿਸ ਦੇ ਵਿੱਚ ਆਉਂਦਾ ਕਿ ਹਾਂ ਉਸ ਸਮੇਂ ਦੇ ਵਿੱਚ ਜਿਹੜਾ ਵਾਤਾਵਰਣ ਦੇ ਉੱਪਰ ਇਹ ਪ੍ਰਭਾਵ ਜਿਹੜਾ ਸੀ ਚੰਗੇਜ਼ ਖਾਨ ਨੇ ਪਾਇਆ ਸੀ तरीका ਭਾਵੇਂ ਉਹ ਕਿੰਨਾ ਬਹਿਰਾਮ ਸੀ ਕਿ ਕਿੰਨੇ ਲੋਕਾਂ ਨੂੰ ਇਹਨੇ ਮਾਰ ਮੁਕਾਇਆ ਪਰ ਇਕੋਸਿਸਟਮ ਦੇ ਲਈ ਉਹ ਤਰੀਕਾ ਜਿਹੜਾ ਸੀ ਉਹ ਕਾਫੀ ਹੱਦ ਤੱਕ ਹਾਰਗਰ ਸਾਬਤ ਹੋਇਆ ਮੈਂ ਆਸ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਕਿ ਅਗਰ ਵਧੀਆ ਲੱਗੀ ਤਾਂ ਇਸ ਨੂੰ ਜਰੂਰ ਅੱਗੇ ਸ਼ੇਅਰ ਕਰਿਓ ਧੰਨਵਾਦ